ਦੇਸ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਤੇ ਕਿਹੜਾ 4 ਸਾਲ ਪਹਿਲਾਂ ਕੈਪਟਨ ਮਿੰਦਰ ਸਿੰਘ ਨੇ ਝੂਟੀਆਂ ਸਵਾ ਗੁਟਕਾ ਸਾਹ ਪਿਆਤ ਨੂੰ ਰੱਖ ਕੇ ਖਾਧੀਆਂ ਸਨ ਉਸ ਦੇ ਤਹਿਤ ਅjnਾਲਾ ਹਲਕਾ ਮੋਹਰਨੀ ਇਕਤਾਰਾਂ ਚ ਆਪਣਾ ਹੱਕ ਆਪਣਾ ਇਹ ਜਵਾਬ ਕੈਪਟਨ ਮਿੰਦਰ ਸਿੰਘ ਦੇ ਉਹਦੇ ਉਹਨੇ ਮੰਤਰੀਆਂ ਦੇ ਉਹਦੇ ਐਮਐਲਆ ਕੋ ਉਹਦੇ ਕਿਹੜੇ ਰਹਿੰਦੇ ਆ ਉਹਨਾਂ ਕੋ ਮੰਗੂਗਾ ਇਹ ਜਿਹੜੀ ਸੀਟ ਆ ਇਹ ਸਾਸ ਵੀਰ ਸਿੰਘ ਬਾਦਲ ਕੋਲ ਹੀ ਪਾਵਾਂਗਾ ਇੱਕ ਟੀਸ ਜੀ ਹਰ ਕਿਸੇ ਦੇ ਮਨ ਵਿੱਚ ਤੁਹਾਡੇ ਫਾਦਰ ਸਾਹਿਬ ਰਤ ਸਿੰਘ ਅਜਨਾਲਾ ਉੱਥੇ ਨਹੀਂ ਹੈ ਮੇਰੀ ਮਾਤਾ ਉੱਥੇ ਮੇਰਾ ਬ੍ਰਦਰ ਉੱਥੇ ਸਾਡੇ ਬੱਚੇ ਉੱਥੇ ਸਾਡੀਆਂ ਸਾਡੇ ਪਰਿਵਾਰ ਸਾਰੇ ਉੱਥੇ ਨਹੀਂ ਪਰ ਲੋਕ ਤਾਂ ਰਤ ਸਿੰਘ ਅਜਨਾਲਾ ਨੂੰ ਵੇਖਣ ਜਾਂਦੇ ਨੇ ਉਹ ਤੁਸੀਂ ਜਦੋਂ ਵੇਖਣਾ ਚਾਹੁੰਦੇ ਜੇ ਇਹ ਵੀ ਸਮਾਂ ਆ ਜਾਣਾ ਉਹ ਆ ਜੋਤਰੀ ਠਾਠਾ ਮਾਰਦਾ ਸਮੁੰਦਰ ਵੇਖਦਾ ਪਿਆ ਨਾ ਇਹ ਕਮਾਈ ਸਾਰੀ ਮੇਰੇ ਪਿਤਾ ਜੀ ਦੀ ਹੈ ਪੰਜਾਬ ਮੰਗਦਾ ਹੈ ਜਵਾਬ ਤਹਿਤ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਵਿਖੇ ਅਮਰਪਾਲ ਸਿੰਘ ਬੋਨੀ ਦੇ ਅਗਵਾਈ ਵਿੱਚ ਲਾਮਸਾਲ ਰੈਲੀ ਕੀਤੀ ਗਈ ਹੈ ਜਿਸ ਵਿੱਚ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਖੁਸ਼ੀ ਜਾਹੀ ਕੀਤੀ ਗਈ ਕਿਉਂਕਿ ਕਾਫੀ ਵੱਡਾ ਇਕੱਠ ਜਿਹੜਾ ਸੀਗਾ ਉੱਥੇ ਕੀਤਾ ਗਿਆ ਸੀਗਾ ਗੱਲਬਾਤ ਕਰਾਂਗੇ ਹਲਕਾ ਇੰਚਾਰਜ ਅਮਰਪਾਲ ਸਿੰਘ ਬੋਨੀ ਨਾਲ ਬੋਨੀ ਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਇੱਕ ਰੈਲੀ ਕੀਤੀ ਗਈ ਹੈ ਕਾਫੀ ਵੱਡਾ ਇਕੱਠ ਕੀਤਾ ਗਿਆ ਸੀ ਪ੍ਰਧਾਨ ਸਾਹਿਬ ਕਾਫੀ ਖੁਸ਼ ਨਜ਼ਰ ਆਏ ਮੈਂ ਧੰਨਵਾਦੀ ਹਾਂ ਵਿਧਾਨ ਸਭਾ ਹਲਕਾ ਜਨਾਲਾ ਦੇ ਸ਼੍ਰੋਮਣੀ ਕਾਇਦ ਦਲ ਦੇ ਵਰਕਰ ਸਹਿਬਾਨਾਂ ਦਾ ਇਸ ਤਰੀ ਕਾਲੀ ਦਲ ਦੇ ਵਰਕਰ ਸਹਿਬਾਨਾਂ ਦਾ ਯੂਥ ਕਾਇਦ ਦਲ ਦੇ ਵਰਕਰ ਸਹਿਬਾਨਾਂ ਦਾ ਆਪਣੇ ਹਲਕੇ ਹਰ ਧਰਮ ਦਾ ਹਰ ਮਜਬ ਦਾ ਕਿ ਬਾਰਡਰ ਤੇ ਅਸੀਂ ਬੜੇ ਪਿਆਰੋਂ ਪਤਨ ਰਹਿੰਦੇ ਆ ਹਰਕ ਨੇ ਇਸ ਰੈਲੀ ਨੂੰ ਰੈਲੇ ਦਾ ਰੂਪ ਬਣਾ ਕੇ ਸਾਡੇ ਪ੍ਰਧਾਨ ਸਾਸ ਵੀਰ ਸਿੰਘ ਬਾਦਲ ਨੂੰ ਜਿਹੜਾ ਪੰਜਾਬ ਮੰਗਦਾ ਜਵਾਬ ਆ ਇਹ ਦੱਸਦਾ ਕਿ ਜਿਹੜਾ 4 ਸਾਲ ਪਹਿਲਾਂ ਕੈਪਟਨ ਮਨਿੰਦਰ ਸਿੰਘ ਨੇ ਝੂਠੀਆਂ ਸਵਾ ਗੁਟਕਾ ਸਾਹ ਦੇ ਹੱਥੋਂ ਰੱਖ ਕੇ ਖਾਧੀਆਂ ਸਨ ਉਸ ਦੇ ਤਹਿਤ ਅjnਾਲਾ ਹਲਕਾ ਮੋਹਰਨੀਕ ਤਾਰਾਂ ਚ ਆਪਣਾ ਹੱਕ ਆਪਣਾ ਇਹ ਜਵਾਬ ਕੈਪਟਨ ਮਨਿੰਦਰ ਸਿੰਘ ਦੇ ਉਹਦੇ ਉਹਦੇ ਮੰਤਰੀਆਂ ਤੇ ਉਹਦੇ ਐਮਐਲਿਆਂ ਕੋ ਉਹਦੇ ਚ ਡਿੱਕ ਰਹਿੰਦੇ ਆ ਉਹਨਾਂ ਕੋ ਮੰਗੂਗਾ ਇਹ ਜਿਹੜੀ ਸੀਟ ਆ ਇਹ ਸਾਸ ਵੀਰ ਸਿੰਘ ਬਾਦਲੇ ਚੋੜੀ ਪਾਵਾਂਗੇ ਪਰ ਕੈਪਟਨ ਸਾਹਿਬ ਦੇ ਕੰਡੇ 85% ਦੀ ਵਾਅਦੇ ਜਿਹੜੇ ਉਹ ਪੂਰੇ ਕਰ ਦਿੱਤੇ ਗਏ ਕੈਪਟਨ ਮਨਿੰਦਰ ਸਿੰਘ ਦੇ ਮੈਂ ਅੱਗੇ ਵੀ ਆਪਣੇ ਹਲਕੇ 'ਚ ਕਹਿੰਦਾ ਕਿ 4 ਸਾਲ ਹੋ ਗਏ ਆ ਕਿ ਕੋਈ ਇਹ ਨਾ ਕੋਈ ਪੈਨਸ਼ਨ ਨਾ ਕੋਈ ਸ਼ਗਨ ਸਕੀਮ ਇਹ ਇਹਦਾ ਕਸੂਰ ਨਹੀਂ ਕੈਪਟਨ ਮਨਿੰਦਰ ਸਿੰਘ ਦਾ ਇੱਕ ਬਿਹਾਰ ਤੋਂ ਲਿਆਂਦਾ ਪ੍ਰਸ਼ਾਂਤ ਕਸ਼ੋਰ ਜਦੋਂ ਇਹਨੇ 85% ਦੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਕੀਤੀ ਸੀ ਹਫ਼ਤਾ ਪਹਿੰਨੇ ਪ੍ਰਸ਼ਾਂਤ ਕਸ਼ੋਰ ਨੂੰ ਇਹਨਾਂ ਨੇ ਕੈਪਟਨ ਰੈਂਕ ਦੇ ਕੇ ਨਵਾਜਿਆ ਉਹ ਆਪਣੇ ਸੀਐਮ ਦੇ ਨਾਲ ਘਰ ਦਿੱਤਾ ਆ ਹਾਊਸ ਦੇ ਨਾਲ ਜਿੱਥੇ ਸਾਡੇ ਪਿੰਡਾ ਸਾਸ ਵੀਰ ਸਿੰਘ ਡਿਪਟੀ ਸੀਐਮ ਸਾਹਿਬ ਦਾ ਘਰ ਹੀ ਇਹ ਜੋ ਝੂਠ ਦਾ ਪਲੰਦਾ ਉਹ ਬਣਾ ਕੇ ਅੱਗੇ ਵੀ ਉਹਨੇ ਝੂਠ ਪੰਜਾਬ ਦਾ ਬੇੜਾ ਘਰ ਕੀਤਾ ਕਿਸਾਨੀ ਦਾ ਨੌਜਵਾਨੀ ਦਾ ਬਜ਼ੁਰਗਾਂ ਦਾ ਹਰ ਵਰਗ ਦਾ ਬੇੜਾ ਘਰ ਕੀਤਾ ਉਹ ਜੋ ਉਹਨੂੰ ਤੋਤੇ ਵਾਂਗੂ ਰਟਾ ਦੇਣਾ ਉਹਨੇ ਓਹ ਕੈਪਟਨ ਮਿੰਦਰਸੋਂ ਨੇ ਤੋਤੇ ਅੰਗੂਰਾ ਟਿਕਾ 60 ਵਾਰ ਵੀ ਤਾਂ ਪ੍ਰਸ਼ਾਂਤ ਕੇ ਸ਼ੋਰ ਨਹੀਂ ਕੈਪਟਨ ਦਾ ਬੇੜਾ ਪਾਰ ਲਗਾਇਆ ਸੀਗਾ ਸਰਕਾਰ ਬਣਾਉਣ ਵਿੱਚ ਕੰਮ ਜਬਰੀ ਇਹੋ ਜੇ ਇਹੋ ਜੇ ਬੇੜੇ ਬੇੜੇ ਪਾਰ ਨਾਲ ਲਾਏ ਬੇੜੇ ਪਰਿਵਾਰ ਉਹ ਮਾਲਕ ਲਵਾਉਂਦਾ ਬੇੜਾ ਉਹ ਹੀ ਪਾਰ ਲਵਾਉਂਦਾ ਇਹ ਝੂਠ ਦੇ ਬੇੜੇ ਹਮੇਸ਼ਾ ਡੁੱਬਦੇ ਜਾਂਦੇ ਆ ਜੇ ਅਸੀਂ ਵੀ ਦਾਸਾ ਰਹੇ ਆ ਇਹ ਜਿਹੜੇ ਬੇੜੇ ਆ ਸੱਚੇ ਬਾਸ਼ਾ ਇਹ ਵੇਖਦਾ ਤੁਸੀਂ ਆ ਬਾਈਕ ਇਲੈਕਸ਼ਨ ਆਉਣੀ ਆ ਆਪੇ ਲਪਾ ਲੱਗ ਜਣਾ ਕਿ ਇਹਦਾ ਬੇੜਾ ਡੁੱਬਦਾ ਕਿ ਇਹਦਾ ਪਾਰ ਹੁੰਦਾ ਇਹ ਤਾਂ ਪੰਜਾਬ ਦੇ ਆਵਾਮ ਸੰਗਤ ਨੇ ਫੈਸਲਾ ਕਰਨਾ ਸੁਖਵੀਰ ਸਿੰਘ ਬਾਦਲ ਨੇ ਤੁਹਾਨੂੰ ਉਥੋਂ ਪਾਰਟੀ ਦਾ ਦਬੇ ਦਰ ਵੀ ਐਲਾਨ ਦਿੱਤਾ ਉਸ ਬਾਰੇ ਕੀ ਗੋ ਮੈਂ ਧੰਨਵਾਦੀ ਆ ਸਾਸਬੀਰ ਸਿੰਘ ਬਾਦਲ ਜੀ ਦਾ ਕਿ ਜਿਨ੍ਹਾਂ ਨੇ ਮੋੜ ਤੋਂ ਸਾਡੇ ਪਰਿਵਾਰ ਨੂੰ ਪੈਂਦਾ ਮੇਰੇ ਬਜ਼ੁਰਗਾਂ ਨੂੰ ਵੀ ਇਹਨਾਂ ਦੇ ਫਾਦਰ ਸਾਹਿਬ ਸਾਸ ਪ੍ਰਕਾਸ਼ ਸਿੰਘ ਬਾਦਲ ਟਿਕਟਾਂ ਦੇ ਕੇ ਨਵਾਜਦੇ ਸਨ ਅੱਜ ਦੀ ਪਰ ਜਿਹੜੀ ਅੱਜ ਦੀ ਟਿਕਟ ਆ ਇਹਦਾ ਸੇਰਾ ਸਾਸਬੀਰ ਸਿੰਘ ਬਾਦਲੋਂ ਜਾਂਦਾ ਹੀ ਜਾਂਦਾ ਪਰ ਜਿਹੜਾ ਠਾਠਾ ਮਾਰਦਾ ਸਮੁੰਦਰ ਰੇ ਨਾਲੇ ਦੀ ਸੰਗਤ ਦਾ ਹੀ ਇਹ ਸਾਰਾ ਉਹਨਾਂ ਨੇ ਮੇਰਾ ਜਿਹਾ ਅਨਾਉਂਸਮੈਂਟ ਸਾਸਬੀਰ ਸਿੰਘ ਬਾਦਲੋਂ ਕਰਾਈ ਆ ਮੇਰਾ ਧੰਨਵਾਦ ਕਰਨ ਤੋਂ ਪੈਂਦਾ ਮੈਂ ਉਹ ਉਹਨਾਂ ਸੰਗਤ ਦਾ ਧੰਨਵਾਦ ਕਰਦਾ ਜਿਹੜੀ ਠਾਟਾ ਮਾਰਦਾ ਸਮੁੰਦਰ ਦਾਣਾ ਮੰਡੀ ਨਾਲੇ ਚ ਆਇਆ ਸੀ ਉਹਨਾਂ ਦੀ ਬਦੌਲਤ ਅੱਜ ਮੇਰੀ ਟਿਕਟ ਅਨਾਉਂਸ ਹੋਈ ਹੈ ਅੱਛਾ ਇਹ ਏਡੀ ਵੱਡੀ ਇਕੱਠ ਸੀਗਾ ਪਰ ਇੱਕ ਟੀਸ ਸੀਗੀ ਹਰ ਕਿਸੇ ਦੇ ਮਨ ਵਿੱਚ ਤੁਹਾਡੇ ਫਾਦਰ ਸਾਹਿਬ ਰਤ ਸਿੰਘ ਅਜਨਾਲਾ ਉੱਥੇ ਨਹੀਂ ਆਏ ਫਾਦਰ ਸਾਹਿਬ ਮੇਰੀ ਮਾਤਾ ਉੱਥੇ ਮੇਰਾ ਬ੍ਰਦਰ ਉੱਥੇ ਸਾਡੇ ਬੱਚੇ ਉੱਥੇ ਸਾਡੀਆਂ ਸਾਡੇ ਪਰਿਵਾਰ ਸਾਰੇ ਉੱਥੇ ਨਹੀਂ ਪਰ ਲੋਕ ਤਾਂ ਰਤ ਸਿੰਘ ਅਜਨਾਲਾ ਨੂੰ ਵੇਖਣਾ ਚਾਹੁੰਦੇ ਸੀ ਉਹ ਤੁਸੀਂ ਜਦੋਂ ਵੇਖਣਾ ਚਾਹੁੰਦੇ ਜੇ ਇਹ ਵੀ ਸਮਾਂ ਆ ਜਾਣਾ ਉਹ ਆ ਜੋ ਤੁਸੀਂ ਠਾਠਾ ਮਰਦਾ ਸਮੁੰਦਰ ਵੇਖਦਾ ਪਿਆ ਨਾ ਇਹ ਕਮਾਈ ਸਾਰੀ ਮੇਰੇ ਪਿਤਾ ਜੀ ਦੀ ਆ ਇਹ ਜਿਹੜੀ ਕਮਾਈ ਆ ਜਿਹੜੀ ਸੰਗਤ ਲਈ ਆ ਮੇਰੇ ਪਿਤਾ ਜੀ ਦੀ ਅਸੀਂ ਤੇ ਮੋਜਾ ਮਾਣਦੇ ਪਏ ਉਹਨਾਂ ਦੀ ਕਮਾਈਆਂ ਦਿੱਤੀਆਂ ਖਾਣੇ ਪਏ ਉਹਨਾਂ ਦੇ ਬਦੌਲਤ ਹੀ ਆ ਇਹ ਜਿਹੜੇ ਸੰਗਤ ਆਈ ਆ ਉਹਨਾਂ ਨੇ ਬਦੌਲਤ ਹੀ ਆਈ ਅੱਜ ਰੈਲੀ ਵਿੱਚ ਤੁਸੀਂ ਕੁਝ ਡਿਮਾਂਡਾਂ ਵੀ ਰੱਖੀਆਂ ਹਲਕੇ ਦੇ ਵਿਕਾਸ ਵਾਸਤੇ ਉਹ ਕਿਹੜੀਆਂ ਡਿਮਾਂਡਾਂ ਨੇ ਸਾਡੇ ਦੇ ਰਾਵੀ ਦਰਿਆ ਪੈਂਦਾ ਆ ਉਹ 2500 ਏਕੜ ਦੇ ਜ਼ਮੀਨ ਉਧ ਪਾਰ ਵਾਹੀ ਕਰਨ ਜਾਂਦੇ ਆ ਸਾਡੇ ਉੱਥੇ ਦੋ ਬ੍ਰਿਜ ਬਣ ਵਾਲੇ ਆ ਦਰਿਆ ਮੂਸੇ ਕੋਟਰ ਜਾਦੇ ਉਧਰ ਦੋ ਤਿੰਨ ਬ੍ਰਿਜ ਬਣ ਵਾਲੇ ਆ ਸਾਡੇ ਅਰੰਦਾਸ ਜਿਹੜੀ ਬੈਲਟ ਹੈ ਸਾਡੀਆਂ ਬੱਚੀਆਂ ਪਲੱਸ 1 2 ਪੜ ਜਾਂਦੀਆਂ ਉਹਨਾਂ ਲਈ ਕੋਈ ਕਾਲਜ ਦੀ ਸਹੂਲਤ ਨਹੀਂ ਖਾਸ ਕਰਕੇ ਟੈਕਨੀਕਲ ਕੋਰਸ ਹੋ ਜਨ ਜਿੱਚ ਸਲਾਈ ਕਢਾਈ ਜਾਂ ਨਰਸਿੰਗ ਕਾਲਜ ਜਾਂ ਇਹੋ ਜਿਹੇ ਹੁਨਰ ਉਹਨਾਂ ਨੂੰ ਮਿਲ ਜੇ ਤੇ ਆਪਣੀ ਆਪਣੀ ਸੈਲਫ ਇੰਡੀਪੈਂਡੈਂਟ ਹੋ ਸਕਣ ਉਹ ਉਹਦੀ ਮੈਂ ਬੇਨਤੀ ਕੀਤੇ ਸਾਨੂੰ ਇੱਕ ਲੜਕੀ ਅਰੰਦਾਸ ਲੜਕੀਆਂ ਦਾ ਇੱਕ ਖਾਨੂੰ ਕਾਲਜ ਬਣਾ ਕੇ ਦੇਵੋ ਜੋ ਸਰਕਾਰ ਚੱਡੀ ਆਉਂਦੀ ਆ ਅਸੀਂ ਨਾਰੇ ਸਾਡੇ ਕੋ ਖੇਡ ਸਟੇਡੀਅਮ ਨਹੀਂ ਉਹਦੀ ਵੀ ਬੇਨਤੀ ਕੀਤੀ ਸੀ ਟਿਊਬ ਵਾਲਾਂ ਦੀ ਬੇਨਤੀ ਕੀਤੀ ਸੀ ਕਿਸਾਨੀ ਦੇ ਪ੍ਰਤੀ ਜੋ ਵੀ ਡਵੈਲਪਮੈਂਟ ਦੇ ਸਾਜੇ ਜਿਹੜੇ ਸੜਕਾਂ ਬਾਹਰ ਨੇਕੀ ਨੇਕੀ ਗੱਲ ਨਹੀਂ ਮੰਗੀ ਆ ਤੇ ਮੈਨੂੰ ਆਸ ਆ ਪਹਿਲਾਂ ਵੀ ਸਾਡੀਆਂ ਪੂਰੀਆਂ ਕਰਦੇ ਰਹੇ ਆ ਗਾਂ ਵੀ ਸਾਡੀਆਂ ਪੂਰੀਆਂ ਕਰਨਗੇ ਕੀ ਕਹਿਣਾ ਚਾਹੁੰਦੇ ਹੋ ਕੈਪਟਨ ਸਰਕਾਰ ਦੇ 4 ਸਾਲ ਹੋ ਗਏ ਕੀ ਕੈਪਟਨ ਸਰਕਾਰ ਹਰ ਫਰੰਟ ਤੇ ਫਿਲ ਸਾਬਤ ਹੋਈ ਔਰ ਜਿਹੜੇ ਥੋੜੇ ਹਲਕੇ ਦੇ ਐਮਐਲਏ ਨੇ ਮੌਜੂਦਾ ਐਮਐਲਏ ਹਰਪ੍ਰਤਾਪ ਸਿੰਘ ਅਜਨਾਲਾ ਕਿ ਉਹਨਾਂ ਨੇ ਵਿਕਾਸ ਨਹੀਂ ਕਰਵਾਇਆ ਹਲਕੇ ਦਾ ਉਹਨੇ ਤੇ ਆਪਣਾ ਵਿਕਾਸ ਕਰਨ ਤੋਂ ਸਵਾਇ ਕਿਦਾਂ ਵਿਕਾਸ ਨਹੀਂ ਕੀਤਾ ਅੱਜ ਅੱਜ ਤੁਸੀਂ ਸਟੇਜ ਤੇ ਵੇਖਿਆ ਨਾ ਕਾਂਗਰਸ ਦਾ ਵਾਈਸ ਚੇਅਰਮੈਨ ਕਾਂਗਰਸ ਨੂੰ ਛੱਡ ਕੇ ਅੱਜ ਕਾਲੀਦਾ ਸ਼ਾਮਲ ਹੋ ਰਿਹਾ ਇਸੇ ਤਰ੍ਹਾਂ ਅਜੇ ਅੱਜ ਆਏ ਕਈ ਤੁਸੀਂ ਮੈਂ ਨਿਊਜ਼ਪੇਪਰ ਪੜ੍ਹ ਸਕਦੇ ਹੋ ਇਲੈਕਟ੍ਰੋਨਿਕ ਮੀਡੀਆ ਵੇਖ ਸਕਦੇ ਟੜਾ-ਟੜਾ ਕਾਂਗਰਸੀ ਜਿਹੜੇ ਅਹੁਦੇਦਾਰਾਂ ਨੂੰ ਜੋੜ ਰਹੇ ਨੇ ਵਿਕਾਸ ਤੇ ਹੁੰਦਾ ਆ ਸੰਗਤ ਜੇ ਉਹਨਾਂ ਪ੍ਰਵਾਨ ਕੀ ਦੇਵੇ ਇਹ ਨਹੀਂ ਘਰ ਬੈਠੇ ਗੱਲੀਬਾਦੀ ਇਹਦਾ ਕਸੂਰ ਨਹੀਂ ਇਹੋ ਜੀ ਇਲ ਕੋਕੋ ਉਹ ਜੇ ਗਾਂ ਦੇ ਬੱਚੇ ਕੈਪਟਨ ਬਿੰਦਰ ਸਿੰਘ ਵੀ ਕਾਗੀਆਂ ਦੇ ਵਿਕਾਸ ਕਰੀ ਜਾਂਦੇ ਆ ਇਹਨਾਂ ਨੇ ਕਾਗੀਆਂ ਦੇ ਵਿਕਾਸ ਕਰੀ ਜਾਂਦੇ ਆ ਇਹੋ ਜੀ ਕੋਕੋ ਉਹ ਕੋਕੋ ਦੇ ਗਾਂ ਜਾਏ ਨੇ ਵਿਕਾਸ ਨਹੀਂ ਕਰਨਾ ਸਵਾਏ ਫੇਰਾ ਫੇਰੀਆਂ ਤੇ ਠਗੀਆਂ ਤੋਂ ਕਿਹਦੇ ਨੇ ਕੰਮ ਹੀ ਕਰਦਾ ਹੋਰ ਕਰੋਨਾ ਕਾਲ ਚੱਲਿਆ ਕਰੋਨਾ ਦੇ ਕਾਫੀ ਕੇਸ ਵੀ ਬਾਹਰ ਆ ਰਹੇ ਨੇ ਪੰਜਾਬ ਸਰਕਾਰ ਲੋਕ ਕਈ ਨਿਯਮ ਜਿਹੜੇ ਤੈਅ ਕੀਤੇ ਗਏ ਸੀਗੇ ਉਹ ਦੇਖਿਆ ਗਿਆ ਨਿਯਮ ਵਿੱਚ ਪੂਰੇ ਉਥੇ ਧੱਜੇ ਹੋਣੇਗੇ ਤੁਸੀਂ ਪ੍ਰਬੰਧਕ ਸੀਗੇ ਤੁਸੀਂ ਉੱਥੇ ਕੋਈ ਐਸੇ ਬਾਰੇ ਕੋਈ ਸੋਚਿਆ ਨਹੀਂ ਵੀ ਐਨੀ ਪੀੜ ਕੱਟੀ ਅਹੀਂ ਤੇ ਅਹੀਂ ਤੇ ਬਕਾਇਦਾ ਸਾਡੇ ਡਾਕਟਰ ਜਿਹੜੇ ਵੀ ਆਰਐਮਪੀ ਵੀ ਬੀਐਚਐਮਐਸ ਵੀ ਐਮਬੀਬੀਐਸ ਉਨਨਾਂ ਦੇ ਬਕਾਇਦਾ ਸੈਨੀਟਾਈਜੇਸ਼ਨ ਬਕਾਇਦਾ ਆਪਣੇ ਜਿਹੜੇ ਮਾਸਕ ਉਹ ਸਾਰੇ ਉਥੇ ਪ੍ਰਬੰਧ ਕੀਤੇ ਸੀ ਹੋਰ ਵੀ ਜੇ ਵੈਕਸੀਨ ਦਾ ਵੀ ਪ੍ਰਬੰਧ ਹੋਇਆ ਸੀ ਕਈ ਪਰਿਵਾਰਾਂ ਨੂੰ ਵੈਕਸੀਨਾਂ ਵੀ ਉਹਨਾਂ ਲਾਈਆਂ ਅਸੀਂ ਤਾਂ ਜਿੰਨਾ ਕਰੋਨਾ ਜਦੋਂ ਆ ਬੰਗਾਲ ਚ ਲੈਕਚਰ ਹੁੰਦੀ ਪਈ ਆ ਉਥੇ ਦੇ ਬੰਦੇ ਦੇ ਬੰਦਾ ਚੜਦਾ ਪਏ ਉਥੇ ਕਰੋਨਾ ਛੁੱਟੀ ਗਿਆ ਮੈਂ ਤੇ ਹੈਰਾਨ ਇਸ ਕੰਮੀ ਸਰਕਾਰ ਤੇ ਕਾਂ ਕੈਪਟਨ ਸਰਕਾਰ ਦੇ ਕਾਂ ਸਰਕਾਰ ਦੇ ਰਾਤ ਨੂੰ ਕਰੋਨਾ ਛੁੱਟੀ ਕਰ ਜਾਂਦਾ ਸਵੇਰੇ ਛੁੱਟੀ ਕਰ ਜਾਂਦਾ ਰਾਤ ਨੂੰ ਫੇਰ ਬਾਹਰ ਆ ਜਾਂਦਾ ਮੈਂ ਤੇ ਇਹ ਤੇ ਇਹਨਾਂ ਨੇ ਇਹ ਚਾਰ ਸਵਾਏ ਕਰੋਨਾ ਤੋਂ ਕਰੋਨਾ ਤੇ ਵੀ ਕਬਲਾ ਕਰ ਗਏ ਨੇ ਅੱਜ ਇੰਨੀ ਦਾਲਾਂ ਇੰਨੀਆਂ ਰਸਦ ਸੈਂਟ ਆਈਆਂ ਹੀ ਸਾਰੀਆਂ ਖਾ ਗਏ ਨੇ ਕਾਗਿਆਂ ਦੇ ਵਿੱਚ ਇਹ ਤੇ ਇਹਨਾਂ ਨੇ ਕਰੋਨਾ ਨੂੰ ਇੱਕ ਕਰੋਨਾ ਦੀ ਪੀਪੀ ਕਟਾਂ ਖਾ ਗਏ ਨੇ ਇਹ ਮੈਂ ਨਹੀਂ ਕਹਿੰਦਾ ਇਸ ਅਮਰਸਾਹ ਜਿਹਦੇ ਦਾ ਐਮਪੀ ਗੁਰਜੀਤ ਸਾਰ ਗੁਰਜੀਤ ਸਿੰਘ ਔਜਲਾ ਉਹਨੇ ਕਰੋੜ ਰੁਪਏ ਪੀਪੀ ਕਟੇ ਦਿੱਤਾ ਉਹ ਵੀ ਖਾ ਗਏ ਨੇ ਇਹੜੇ ਆਪਣੇ ਐਮਪੀ ਹਾਂ ਦੇ ਪੈਸੇ ਖੰਡ ਦਿੱਤੇ ਪੀਪੀ ਕਟਾ ਖਾਈਂਦੇ ਕਰੋਨਾ ਦੇ ਕਰੋਨਾ ਨੂੰ ਕਰੋਨਾ ਨੂੰ ਤੇ ਇਹਨਾਂ ਨੇ ਇੱਕ ਕੰਬਾਈ ਦਾ ਸਾਧਾ ਬਣਾਇਆ ਪੈਸ ਕਾਂਗਰਸ ਸਰਕਾਰ ਨੇ ਬਣ ਜੀ ਹੁਣ ਤੁਸੀਂ 10 ਮਹੀਨੇ ਰਹਿ ਗਏ ਤੁਹਾਨੂੰ ਟਿਕਟ ਦਾ ਦਾਅਵਾ ਦਾ ਐਲਾਨ ਦਿੱਤਾ ਹੈ ਪਾਰਟੀ ਵਿੱਚ ਤੇ ਹੁਣ ਕਮਰ ਕੱਸੇ ਕਰ ਲੈ ਹੁਣੇ ਤੁਸੀਂ ਅਸੀਂ ਤੇ 4 ਸਾਲ ਹੋ ਗਏ ਆ ਇਹੋ ਕੋਸ਼ਿਸ਼ ਕਰਦੇ ਪਏ ਹਰ ਭੈਣ ਦੇ ਦੋ ਘਰ ਭਰਾ ਦੇ ਦੁੱਖ ਸੁੱਖ ਦੇ ਜਾਣੇ ਪਏ ਹਰ ਨੂੰ ਬੇਨਤੀਆਂ ਕਰਦੇ ਪਏ ਜਾਗਰਤ ਕਰਦੇ ਪਏ ਜੋ ਸਾਡੇ ਪ੍ਰਧਾਨ ਸਾਸ ਵੀਰ ਸਿੰਘ ਬਾਦਲ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਅਸੀਂ ਹਰ ਧਰਮ ਹਰ ਮਜਦਾ ਆਦਰ ਮਾਨਸਕਾਰ ਕਰਾਉਣੇ ਪਏ ਤੇ ਇਹ ਸਨ ਅ ਅਮਰਪਾਲ ਸਿੰਘ ਬੋਨੀ ਜਿਹੜੇ ਕਿ ਹਲਕਾ ਅਜਨਾਲਾ ਦੇ ਇਨਚਾਰਜ ਨੇ ਉਹਨਾਂ ਦੀ ਅਗਵਾਈ ਵਿੱਚ ਅੱਜ ਵਿਸ਼ਾਲ ਰੈਲੀ ਜਿਹੜੀ ਅਜਨਾਲੇ ਵਿਖੇ ਕੀਤੀ ਗਈ ਹੈ ਜਿਸ ਤੋਂ ਪਾਰਟੀ ਪ੍ਰਬੰਧਨ ਬਹੁਤ ਖੁਸ਼ੇ ਨਜ਼ਰ ਆਏ ਨੇ ਕਿਉਂਕਿ ਠਾਠਾ ਮਾਰਦਾ ਇਕੱਠ ਜਿਹੜਾ ਸੀਗਾ ਉੱਥੇ ਰੈਲੀ ਵਿੱਚ ਮੌਜੂਦ ਸੀਗਾ ਔਰ ਦੂਜੇ ਪਾਸੇ ਪਾਰਟੀ ਪ੍ਰਬੰਧਨ ਵੱਲੋਂ ਅਮਰਪਾਲ ਸਿੰਘ ਬੋਨੀ ਨੂੰ ਵਿਧਾਨ ਸਭਾ 2022 ਦੀਆਂ ਇਲੈਕਸ਼ਨ ਵਿੱਚ ਵੀ ਟਿਕਟ ਦਾ ਦਾਅਵਾਦ ਐਲਾਨ ਦਿੱਤਾ ਗਿਆ ਹੈ ਕੈਮਰਾ ਪਰਸਨ ਮੁਕੇਸ਼ 바ਵਨਾ ਸਿਕੰਦਰ ਪਸਰੀਚਾ ਦੈਨਿਕ ਸ੍ਰੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार का ना चलना सिर्फ इकती घंटिया समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर चौरानवे संताली चौरासी तीन सौ ਪੰਡਿਤ ਰਾਦੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੋਹਾਨੀ ਤੇ ਕਾਲੀ ਲੰਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ਿਕਰਣ ਕਰਵਾਓ ਮੰਚਾ ਪਿਆਰ ਪਾਓ ਲੰਬ ਮੈਰਿਜ ਸਵਤਨ ਦੁਸ਼ਮਨ ਤੋਂ ਛੁਟਕਾਰਾ ਤਲਾਕੇ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰੇ 85 588 38 617